ਇਹ ਫਰਕ ਆ ਪੁਲਾਓ ਦਾ ਅਤੇ ਨਾ ਪੁਲਾਓ ਫੇਨ ਦਾ। ਉਸ ਟਾਈਮ ਆਪਾਂ ਨੂੰ ਲੱਗਦਾ ਕਿ ਔਖ ਆ, ਪਰ ਆਹ ਦੇਖੋ ਕੋਈ ਪਾਣੀ ਨਹੀਂ ਹੈਗਾ ਮੇਰੇ ਖੱਤੇ ਦੇ ਵਿੱਚ, ਪੂਰੇ ਵਧੀਆ ਸੁੱਕੇ ਹੋਏ, ਜਾਣੀ ਕਿ ਸੁੱਕ ਗਿਆ ਰਾਤੋਂ ਰਾਤ ਜਿੰਨਾ ਕੁ ਵੀ ਪਾਣੀ ਸੀਗਾ, ਮਾੜਾ ਮੋਟਾ ਰਹਿ ਗਿਆ। ਇਹ ਵੀ ਮਾੜਾ ਜਿਹਾ ਅੱਜ ਹੋ ਜਾਣਾ, ਉਹ ਵੀ ਨੀਵੀਂ ਜਗ੍ਹਾ 'ਤੇ ਪਾਣੀ ਆ, ਬਾਕੀ ਖਾਲਿਆਂ ਖੁਲਿਆਂ ਸੁੱਕ ਗਿਆ, ਪੂਰਾ ਵਧੀਆ ਪ੍ਰੋਪਰ, ਕੋਈ ਨਹੀਂ ਕੁਛ ਨਹੀਂ ਹੈ ਠੀਕ ਆ। ਅਤੇ ਇਹਦਾ ਪਾਣੀ ਸਾਡੇ ਖੇਤ ਦਾ ਨਿਕਲਦਾ ਨਹੀਂ ਕਿਸੇ ਪਾਸੇ ਨੂੰ, ਅਤੇ ਬਾਣ ਦਾ ਰੇਤੇ ਆ, ਪਰ ਹੁਣ ਰੇਤੇ ਵਾਲੇ ਰਹੇ ਨਹੀਂ, ਪਾਣੀ ਤਾਂ ਉਈ ਖੜਦਾ ਬਹੁਤ ਆ, ਚੌਲਾਂ ਚੌਲਾਂ 'ਚ ਕਿੰਨੇ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਇੱਥੇ ਇਹਨਾਂ ਨੂੰ। ਅਤੇ ਜਿਹੜਾ ਸਾਡੇ ਕੋਲ ਕਿਸੇ ਦੇ ਆਲੂ ਆ, ਇਹ ਹੈਗੇ ਵਿਦਾਊਟ ਪਲਾਓ, ਦੇਖ ਲਓ ਇਹ ਵਿਦਾਊਟ ਪਲਾਓ ਆਲੂ ਆ, ਠੀਕ ਨਹੀਂ। ਮੀਂਹ ਇੰਨਾ ਹੀ ਪਿਆ ਹੋਇਆ ਵਾ ਸਾਡੇ, ਪਰ ਨਾ ਸਾਡੇ ਪਾਣੀ ਇੰਨਾ ਚੜਿਆ ਨਾ ਇੰਨਾ ਖੜਿਆ। ਆ ਵੀ ਆਪਣੇ ਆਲੂ ਆ ਸਾਡਾ ਖੇਤ ਆ, ਕੋਈ ਪਾਣੀ ਨਹੀਂ ਹੈਗਾ ਵਿੱਚ ਖੇਤ, ਮਾੜਾ ਮੋਟਾ ਕਿਤੇ ਖਾਲ 'ਚ ਖੜਾ ਵਾ, ਨਹੀਂ ਖਾਲੀਆਂ ਖੁਲੀਆਂ ਸਾਰੀਆਂ ਖਾਲੀ ਹੋ ਗਈਆਂ। ਕਿਤੇ ਕੋਈ ਟੋਆ ਨਹੀਂ ਪੱਟਿਆ ਸੀ, ਕਿਤੇ ਨੂੰ ਕੋਈ ਪਾਣੀ ਨਹੀਂ ਕੱਢਿਆ, ਵੀ ਕੋਈ ਖਾਲ 'ਚ ਵੀ ਪਾਣੀ ਕੱਢਿਆ, ਖਾਲ ਵੀ ਸੁੱਕ ਗਈ, ਐਨ ਪੂਰੇ ਸੁੱਕੇ ਪਏ ਆ ਖਾਤੇ, ਕੋਈ ਹੈ ਨਹੀਂ। ਇਹ ਆ ਬੈਨੀਫਿਟ ਪਲਾਓ ਦੇ, ਠੀਕ ਨਹੀਂ। ਮੱਕੀ ਦੇ ਵਿੱਚ ਤਾਂ ਇਹੀ ਇਹਦਾ ਫਾਇਦਾ ਵਾ ਕਿ ਪਾਣੀ ਲਾਓ ਜਦੀ ਸੁੱਕ ਜਾਂਦਾ, ਪਾਣੀ ਲਾਓ ਜਦੀ ਸੁੱਕ ਜਾਂਦਾ। ਝੋਨੇ ਦੇ ਵਿੱਚ ਉਲਟਾ ਹੋ ਜਾਂਦਾ, ਜਦੋਂ ਆਪਾਂ ਕੱਦੂ ਕਰ ਦਿੰਦੇ ਹਾਂ ਉਦੋਂ ਪਾਣੀ ਉਦੋਂ ਦੁੱਗਣਾ ਖੜਨ ਲੱਗ ਜਾਂਦਾ ਝੋਨੇ ਦੇ ਵਿੱਚ ਨਾ, ਇੱਕ ਵਾਰ ਕੱਦੂ ਹੋ ਗਿਆ, ਜਿਹੜੇ ਖੇਤ 'ਚ ਪਾਣੀ ਨਹੀਂ ਖੜਦਾ ਤੁਹਾਡੇ ਉਹ 'ਚ ਪਲਾਓ ਫੇਰ ਕੇ, ਯਾਨੀ ਕਿ ਇੱਕ ਆਲੂ ਲਾ ਲਓ ਚਾਹੇ ਕਣਕ ਲਾ ਲਓ ਪਲਾ, ਉਹ 'ਚ ਉਦੋਂ ਬਾਅਦ ਕੱਦੂ ਕਰ ਦਿਓ, ਦੁੱਗ ਮੈਂ ਕਹਿੰਦਾ ਸੁੱਕਣ ਸੁੱਕਦਾ ਹੀ ਨਹੀਂ ਪਾਣੀ, ਇੰਨਾ ਪਾਣੀ ਖੜਨ ਲੱਗ ਜਾਂਦਾ।